ਅੱਜ ਬੰਦੇ ਸੁੱਤੇ ਹੋਏ ਨੇ ਇਹਨਾਂ ਨੂੰ ਜਗਾਓ। ਬਾਬਾ ਜੀ ਮਹਿਫਿਲ ਜਮਾਈ ਨਹੀਂ ਸਨ ਲੈਣ ਦਿੰਦੇ, ਵਿਚਕਾਰ ਆ ਕੇ ਸੁੱਤੇ ਹੋਏ ਅੱਲਾ ਦੇ ਬੰਦੇ ਹੋ, ਇਹਨੂੰ ਉਠਾ ਕੇ ਬੈਠੋ ਸਾਰੇ, ਨਹੀਂ ਸੋਣਾ ਤੇ ਉਹ ਮਹਿਫਿਲ ਤੋਂ ਬਾਅਦ ਚਲੇ ਜਾਓ। ਬਾਬਾ ਜੀ ਜਮਾਈ ਨਹੀਂ ਲੈਣ ਦਿੰਦੇ ਸਨ ਮਹਿਫਿਲ ਦੇ ਅੰਦਰ, ਤੁਸੀਂ ਸੁੱਤੇ ਹੋਏ ਬੈਠੇ ਹੋ, ਤੇ ਤੁਸੀਂ ਵੀ ਬਾਕੀ ਸੁੱਤੇ ਹੋਏ ਹੋ ਕਿ ਜਾਗ ਰਹੇ ਹੋ? ਹਾਂ ਵੀ ਸੁੱਤੇ ਹੋ, ਜਾਗ ਰਹੇ ਹੋ? ਜਿਹੜੇ ਸੁੱਤੇ ਹੋਏ ਇਹਨਾਂ ਨੂੰ ਉਹ ਪਿੱਛੇ ਭੇਜੋ, ਮਹਿਫਿਲ ਚੋਂ ਬਾਹਰ ਚਲੇ ਜਾਣ। ਸਮਝ ਆਈ? ਇਹ ਬਿਲਕੁਲ ਗਲਤ ਰੀਤ ਹੈ, ਇਹ ਨਵੀਂ ਬਿਦਤ ਹੈ। ਬਾਬਾ ਜੀ ਮਹਿਫਿਲ ਜਮਾਈ ਲੈਂਦੇ ਸੀ, ਕਹਿੰਦੇ ਤਾਜ਼ਾ ਵਜ਼ੂ ਕਰਕੇ ਆ ਤੇ ਤੁਸੀਂ ਵਿਚਕਾਰ ਸੁੱਤੇ ਹੋਏ ਆ ਕੇ ਸਾਡੇ। ਮੈਂ ਕਹਿੰਦਾ ਵੀ ਇਹ ਕੀ ਹੋਇਆ ਆ, ਜਗਾ ਕੇ ਬੈਠੋ, ਨਹੀਂ ਤੇ ਉਹਨਾਂ ਕੋ ਉੱਥੇ ਪਿੱਛੇ ਜਾ ਕੇ ਪੰਡਾਲ ਜੋ ਤੇ ਸੈਂਡ ਤੇ ਜਗ੍ਹਾ ਬਣੀ ਸੌਣ ਦੀ, ਉੱਥੇ ਜਾ ਕੇ ਸੋ, ਸ਼ਾਬਾਸ਼। ਇੱਥੇ ਨਹੀਂ ਸੋਣਾ, ਇੱਥੇ ਜਾਗਦੇ ਹੋਏ ਬੈਠੋ, ਜਾਗ ਰਹੇ ਹੋ? ਬਸ ਇਹ ਸ਼ੇਰ ਸੁਣ ਲਓ ਤੇ ਬਾਬਾ ਜੀ ਦੀ ਵੀ ਰੂਹ ਖੁਸ਼ ਹੋ ਜਾਏ, ਤੁਸੀਂ ਵੀ ਖੁਸ਼ ਹੋ ਜਾਓ, ਇੱਕ ਮਾਹੌਲ ਬਣ ਜਾਏ ਤੇ ਬੱਚੀਆਂ ਵੀ ਮਾਨ ਲਓ ਤੇ ਫੈਜ਼ਾਬਾਦ ਦਾ ਕਰੀ ਮਾਹੌਲ ਤਾਜ਼ਾ ਹੋ ਜਾਏ। ਕਿਆ ਬਾਤ, ਬਾਲ ਦੋ ਬੱਚੀਆਂ ਦਾ ਮਾਹੌਲ ਬਣਾ ਦਿਓ ਜ਼ਰਾ, ਬਿਲਕੁਲ ਦੱਸੋ ਅਸੀਂ ਜਾਗਦੇ ਪਏ ਆ, ਅਸੀਂ ਸੁੱਤੇ ਕੋਈ ਨਹੀਂ, ਹਾਂ ਹਾਂ ਅਸੀਂ ਸੁੱਤੇ ਕੋਈ ਨਹੀਂ, ਬਿਲਕੁਲ ਹਾਂ, ਜਾਗਣ ਵਾਲੇ ਜਾਣ ਕੇ ਸੌਂਦੇ ਹੈ, ਲੁੱਟਣ ਵਾਲੇ ਰੱਜ ਕੇ ਲੁੱਟਿਆ, ਅਸੀਂ ਬਿਲਕੁਲ ਨਹੀਂ ਜਾਗਦੇ ਸੁੱਤੇ ਪਏ, ਅਸੀਂ ਜਾਗਦੇ ਹਾਂ ਇਨਸ਼ਾਅੱਲਾ। ਐਨਕਾਂ ਕੇ ਦੱਸੋ ਸਰ ਤਸਤੀਆਂ ਲਹਿਰਾ ਕੇ, ਚਮਾ ਪਾਸ਼ ਵੇਖੋ ਜਿਹਦੇ ਕੋਲ ਮੋਬਾਈਲ ਬਜਣਾ ਵਾਲਾ ਉਹ ਵੀ ਜਲਾ ਕੇ ਰੱਖੇ, ਜਰਾ ਮਾਹੌਲ ਬਣ ਜਾ ਬਾਬਾ ਜੀ ਖੁਸ਼ ਹੋ ਜਾ। ਮੈਂ ਮੈਨੂੰ ਰੱਬ ਨੂਰ ਕਿਹਾ, ਕੋਈ ਨਹੀਂ ਹਜ਼ੂਰ ਜਿਹਾ, ਤੇ ਰੱਬ ਤੇ ਦਿਲ ਦਾਰ ਜਿਹਾ, ਤੇ ਕੋਈ ਨਹੀਂ ਹਜ਼ੂਰ ਜਿਹਾ। ਐਨੇ ਉੱਚੇ ਹੱਥ ਕਰਕੇ ਲਹਿਰਾਓ ਜਰਾ, ਤੇ ਉਂਗਲਾਂ ਚੋਂ ਮੇਰੇ ਅੱਖਾਂ ਚਸ਼ਮ ਚਲਾਏ ਨੇ, ਮੁੱਠੀ ਵਿੱਚ ਖਰਲੂ ਕਲਮ ਪੜਾਏ, ਤੇ ਉਹ ਹੱਥ ਯਤੁਲਾ ਤੇ ਉਹਦਾ ਰੁਖ ਵਜਹੁਲਾ, ਤੇ ਸੀਨਾ ਹੈ ਹਸਮ ਨਸ਼ਰਾ, ਹੱਥ ਲਾ ਕੇ ਅੱਖਾਂ ਮੱਥੇ ਲਾਤ ਨੂਰਾਨੀ ਮਜ਼ਹਰ ਜ਼ਾਤ ਹੁਦਾ, ਤੇ ਕੋਈ ਨਹੀਂ ਹਜ਼ੂਰ ਜਿਹਾ। ਆਖਰੀ ਸ਼ੇਰ ਜਿਹਦੇ ਉੱਤੇ ਆਵਾਜ਼ ਦਿੱਤੀ ਜਾਂਦੀ, ਨੂਰ ਨਬੀ ਰੱਬ ਨੂਰ ਕਿਆ, ਪੜੋ ਪੜੋ ਜੀ, ਆਪਾਂ ਨਹੀਂ ਫਰਮਾਇਆ ਕਿ ਸਾਬ ਉਹ ਪੜੋ ਪੜੋ ਨਿਕਲ ਕੇ, ਤੇ ਨੂਰ ਨਾਲ ਔਰ ਇੰਜ ਪੜੋ ਕਿ ਜਿਵੇਂ ਤੁਸੀਂ ਬਾਬਾ ਜੀ ਨੂੰ ਸੁਣਾ ਰਹੇ, ਇੰਜ ਪੜੋ ਪੜੋ ਨੂਰ ਨਾਲ ਨੂਰ ਨੂੰ ਸੰਭਾਰ ਕੇ ਕੱਲਿਆ ਮੀਮ ਵਾਲੇ ਫੁੱਲ ਉਤਾਰ ਕੇ ਕੱਲੇ ਆਰਬ ਦਾ। ਬਾਬਾ ਜੀ ਦੋਵੇਂ ਹੱਥ ਚੁੱਕਦੇ ਸਰਿਆ ਜੀ, ਅਸੀਂ ਚੁੱਕੋ ਕੰਮ ਕਰ ਆਰਬ ਦਾ ਰਾਜ ਦੁਲਾਰਾ ਅਰਸ਼ ਦਾ ਨੂਰ ਸਿਤਾਰਾ ਮਜ਼ਹਰ ਜ਼ਾਤ ਖੁਦਾ, ਤੇ ਕੋਈ ਹਜ਼ੂਰ